ਇੱਕ ਦਿਨ ਭਗਤ ਨਾਮਦੇਵ ਜੀ ਅੰਮ੍ਰਿਤ ਵੇਲੇ ਉੱਠ ਕੇ ਦਰਿਆ ਉੱਤੇ ਇਸ਼ਨਾਨ ਕਰਨ ਚਲੇ ਗਏ ਅਤੇ ਇਸ਼ਨਾਨ ਕਰਕੇ ਦਰਿਆ ਦੇ ਕੰਢੇ ਉੱਤੇ ਹੀ ਹਰੀ ਦੇ ਨਾਮ ਦੇ ਸਿਮਰਨ ਵਿੱਚ ਲੱਗ ਗਏ ਹਰੀ ਸਿਮਰਨ ਕਰਦਿਆਂ ਹੋਇਆਂ ਸਵਾ ਪਹਿਰ ਦਿਨ ਚੜ੍ਹੇ ਤੱਕ ਸਮਾਧੀ ਲੱਗੀ ਰਹੀ ਕੁਦਰਤ ਨਾਲ ਉਸੇ ਦਿਨ ਜੈ ਰਾਮ ਦਾਸ ਬ੍ਰਾਹਮਣ ਮਰ ਗਿਆ ਉਸ ਦੀ ਧਰਮ ਪਤਨੀ ਆਪਣੇ ਪਤੀ ਨਾਲ ਸਤੀ ਹੋਣ ਵਾਸਤੇ ਸੋ ਹੰਗਨਾਂ ਵਾਲੀ ਵਸਤਰ ਪਹਿਨ ਕੇ ਹਾਰ ਸ਼ਿੰਗਾਰ ਕਰਕੇ ਆਪਣੇ ਮ੍ਰਿਤਕ ਪਤੀ ਦੇ ਨੜੋਏ ਨਾਲ ਦਰਿਆ ਦੇ ਕੰਡੇ ਤੇ ਆ ਗਈ ਸਾਰੀ ਬ੍ਰਾਹਮਣਾਂ ਦੀ ਬਰਾਦਰੀ ਵੀ ਸੰਸਕਾਰ ਕਰਨ ਲਈ ਉੱਥੇ ਪਹੁੰਚ ਗਈ ਜਦੂ ਬਰਾਦਰੀ ਨੇ ਮੁਰਦਾ ਲਿਆ ਕੇ ਦਰਿਆ ਦੇ ਕੰਡੇ ਉੱਤੇ ਰੱਖਿਆ ਤਾਂ ਉਸ ਬ੍ਰਾਹਮਣੀ ਦੀ ਨਜ਼ਰ ਭਗਤ ਨਾਮਦੇਵ ਜੀ ਪਰ ਜਾ ਪਈ ਬ੍ਰਾਹਮਣੀ ਨੇ ਨਾਮਦੇਵ ਦੀ ਮਹਿਮਾ ਬਹੁਤ ਸੁਣੀ ਹੋਈ ਸੀ ਇਸ ਕਰਕੇ ਉਸਨੇ ਮਨ ਵਿੱਚ ਵਿਚਾਰ ਕੀਤੀ ਕਿ ਕਿੰਨਾ ਚੰਗਾ ਸਮਾਂ ਬਣਿਆ ਹੈ ਜੋ ਮੈਨੂੰ ਅੰਤ ਦੇ ਸਮੇਂ ਭਗਤ ਨਾਮਦੇਵ ਜੀ ਦੇ ਦਰਸ਼ਨ ਹੋਏ ਹਨ ਇਹੋ ਜਹੀ ਸੁਭ ਵਿਚਾਰ ਕਰਕੇ ਉਹ ਬ੍ਰਾਹਮਣੀ ਭਗਤ ਨਾਮਦੇਵ ਜੀ ਪਾਸ ਚਲੀ ਗਈ ਅਤੇ ਜਾ ਕੇ ਭਗਤ ਨਾਮਦੇਵ ਜੀ ਦੇ ਚਰਣਾ ਤੇ ਸਿਰ ਰੱਖ ਕੇ ਡੰਡਵੱਤ ਨਮਸਕਾਰ ਕੀਤੀ ਭਗਤ ਜੀ ਉਸੇ ਵੇਲੇ ਹੀ ਸਮਾਦੀ ਤੋਂ ਉਥਾਨ ਹੋਏ ਸਨ ਉਨ੍ਹਾਂ ਨੇ ਅਲਸਾਈਆਂ ਅੱਖਾਂ ਨਾਲ ਉਸ ਦਾ ਸੁਹਾਗਣਾ ਵਾਲਾ ਵੇਸ ਵੇਖ ਕੇ ਅਤੇ ਆਸੇ-ਪਾਸੇ ਵੱਲ ਵੇਖੇ ਤੋਂ ਬਿਨਾ ਸੁਭਾਵਕ ਹੀ ਕਹਿ ਦਿੱਤਾ ਉਠੋ ਸੁਭਾਗਵਤੀ ਆਨੰਦ ਰਹੋ ਇਸ ਬਚਨ ਨੂੰ ਸੁਣ ਕੇ ਬ੍ਰਾਹਮਣੀ ਬੜੀ ਖੁਸ਼ ਹੋਈ ਬ੍ਰਾਹਮਣੀ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ हे ਭਗਵਾਨ ਦੇ ਸਰੂਪ ਭਗਤ ਜੀ ਮੈਂ ਸੁਣਿਆ ਹੋਇਆ ਹੈ ਕਿ ਸਾਧੂ ਬੋਲੇ ਸਾਧਕਾ ਬੋਲਿਆ ਬਿਰਥਾ ਨਾ ਜਾਏ ਇਸ ਵਾਕ ਅਨੁਸਾਰ ਸੰਤਾ ਦਾ ਬਚਨ ਕਦੇ ਵੀ ਝੁੱਟਾ ਨਹੀਂ ਹੋ ਸਕਦਾ ਅਤੇ ਮੇਰੇ ਸੁਹਾਗ ਦੀ ਇਹ ਸੀੜੀ ਆਪ ਤੋਂ 10 ਕਦਮਾਂ ਪਰ ਪਿੱਛੇ ਪਈ ਹੋਈ ਹੈ ਅਤੇ ਮੈਂ ਹਾਰ ਸ਼ਿੰਗਾਰ ਕਰਕੇ ਪਤੀ ਨਾਲ ਸਤੀ ਹੋਣ ਵਾਸਤੇ ਤਿਆਰ ਹੋ ਕੇ ਆਈ ਹਾਂ ਆਪ ਮੈਨੂੰ ਸੁਹਾਗਵਤੀ ਆਖਿਆ ਹੈ ਹੁਣ ਮੈਨੂੰ ਸੁਹਾਗਵਤੀ ਬਣਾਵੋ ਬ੍ਰਾਹਮਣੀ ਦੇ ਬਚਨ ਸੁਣ ਕੇ ਭਗਤ ਨਾਮਦੇਵ ਜੀ ਸੋਚਾਂ ਵਿੱਚ ਪੈ ਗਏ ਕਿ ਅਸੀਂ ਵਿਚਾਰੇ ਤੋਂ ਬਿਨਾਂ ਵਿਦਵਾਨ ਨੂੰ ਸੁਹਾਗਵਤੀ ਕਹਿ ਦਿੱਤਾ ਹੈ ਇਹ ਚੰਗਾ ਨਹੀਂ ਕੀਤਾ ਤਦੇ ਹੀ ਮਹਾਤਮਾ ਜਨ ਕਹਿੰਦੇ ਹਨ ਬਿਨਾ ਵਿਚਾਰੇ ਜੋ ਕਹੇ ਸੋ ਪਿੱਛੇ ਪਸਤਾਏ ਕਾਮ ਵਿਗਾੜੇ ਆਪਣਾ ਜਗ ਮੈਂ ਹੋਏ ਹਸਾਏ ਅਸਾਂ ਨੇ ਕਾਲੀ ਵਿੱਚ ਸੁਹਾਗਵਤੀ ਕਹਿ ਦਿੱਤਾ ਹੁਣ ਕੀ ਬਣੇਗਾ ਭਗਤ ਨੂੰ ਚਿੰਤਾ ਰੂਪੀ ਸਮੁੰਦਰ ਵਿੱਚ ਗੋਤੇ ਖਾਂਦਿਆਂ ਵੇਖ ਕੇ ਭਗਵਾਨ ਨੇ ਆਕਾਸ਼ ਬਾਣੀ ਦੁਆਰਾ ਕਿਹਾ हे ਨਾਮਦੇਵ ਤੂੰ ਸੋਚਦਾ ਕੀ ਹੈ ਇਸ ਮੁਰਦੇ ਨੂੰ ਕੰਨੋ ਫੜ ਕੇ ਉਠਾ ਦਿਓ ਆਪੇ ਉੱਠ ਬੈਠੇਗਾ ਇਹ ਸੁਣ ਕੇ ਭਗਤ ਨਾਮਦੇਵ ਜੀ ਆਪਣੇ ਆਸਣ ਤੋਂ ਉੱਠ ਕੇ ਮੁਰਦੇ ਕੋਲ ਜਾ ਕੇ ਮਹਾ ਮੰਤਰ ਰਾਮ ਰਾਮ ਦਾ ਕੀਰਤਨ ਕਰਕੇ ਜਲ ਦਾ ਛਿੱਟਾ ਉਸ ਦੇ ਮੂੰਹ ਤੇ ਮਾਰਿਆ ਤੇ ਕਿਹਾ ਉਹ ਰਾਮ ਕੇ ਪਿਆਰੇ ਉੱਠ ਕੇ ਰਾਮ ਰਾਮ ਕਹੋ ਭਗਤ ਨਾਮਦੇਵ ਨੇ ਕੰਨੋ ਫੜਿਆ ਤਾਂ ਭਗਤ ਨਾਮਦੇਵ ਦੇ ਹੱਥ ਛੋਂਦਿਆਂ ਹੀ ਉਹ ਮੁਰਦਾ ਉੱਠ ਬੈਠਾ ਅਤੇ ਰਾਮ ਰਾਮ ਦਾ ਸਿਮਰਨ ਕਰਨ ਲੱਗਾ ਤੇ ਇਸਤਰੀ ਭਰਤਾ ਦੋਨੋਂ ਹੀ ਨਾਮਦੇਵ ਦਾ ਜਸ ਕਰਦੇ ਹੋਏ ਘਰ ਨੂੰ ਚਲੇ ਗਏ ਅਤੇ ਜੋ ਲੋਕ ਨੜੋਏ ਨਾਲ ਆਏ ਸਨ ਉਹ ਵੀ ਬੜੇ ਹੈਰਾਨ ਹੋਏ ਅਤੇ ਉਹ ਵੀ ਨਾਮਦੇਵ ਜੀ ਪਾਸੋਂ ਉਪਦੇਸ਼ ਲੈ ਕੇ ਨਾਮ ਦੇ ਸਿਮਰਨ ਵਿੱਚ ਲੱਗ ਗਏ ਇਹ ਵਾਰਤਾ ਮੁਹੰਮਦ ਤੁਗਲਕ ਬਾਦਸ਼ਾਹ ਨੇ ਵੀ ਸੁਣ ਲਈ ਕੁਝ ਮਹੀਨਿਆਂ ਪਿਛੋਂ ਭਾਸ਼ਾ ਦੀ ਗਾਉ ਮਰ ਗਈ ਤਾਂ ਭਾਸ਼ਾ ਨੇ ਭਗਤ ਨਾਮਦੇਵ ਕਚਹਿਰੀ ਵਿੱਚ ਬੁਲਾ ਕੇ ਕਿਹਾ ਬਿਸਮਲ ਗਾਉ ਦੇਹੋ ਜਵਾਏ ਨਾ ਤਰ ਗਰਦਨ ਮਾਰੋ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ